प्यार भरी सारे सत श्रीकाल है। वेखो मैं थोड़े वास्ते एक होर नवा डिजाइन लैके आई हूँ। वेखो मैं डिजाइन लैके एक रंग का डिजाइन है शेकों वाला। वेखो है सीधा पासा है पुठा पासा है। वेखो वेखो है भावें तुम कोटी से पा लो भावें तुम बच्चे के स्वैटर से बना लो। वेखो कि सोहना डिजाइन है। वेखो है पुठा पासा ये तीन तीन कुंडिया का तीन सीधिया का दो पुठिया का कुंडिया का डिजाइन है। ये चार सिलाइया का डिजाइन है। हम मैं तुम्हें बना के दिखाई पहला दो सीधे दो सीधे दो पुठे आ गए साढ़े दो पुठे आ गए। तीन कुंडिया जोड़ा असी उन्होंने असी इस तरह वाल लेना। वेखो इनू वाल असी इदा लैना इदा इदा इस तरह वाल लिया के तिना का असी एक करना तिना का असी एक करता एक करता। फिर असी जो इधर वाला वाल लैना वो असी इदा लैना ऐसी पुठा बनना एक ते दो। फिर असी इदा वाल लैना फिर असी तिना का एक करना तिना का एक करता तिना का एक करता। फिर असी इनू वाल लेना इनू पुठा बनाना दो पुठे। एक बारी वाल असी इदा लेना तो दूजी बारी वाल असी इदा लेना। एक बारी वाल जो इस बार इदा लेना इन्होंने तिना असी जोटा मारता जिन्हों का असी एक करता। हूँ असी इधरों वाल लैना हूँ असी इनू वाल लैना इस इदा वाल लैके तो पुठा बुनना एक दो दो साढ़े सीधे आ गए। हूँ पुठिया के पुठे तो सीधिया के सीधे आने पुठी सिलाई साढ़ी दो पुठे तो दो सीधे एक ते दो ते तीन फिर साढ़े तीन पुठे तो दो सीधे हो गए साढ़े दो सीधे हो गए साढ़े। कितना सौखा डिजाइन तीन तीन पुठे तो दो दो सीधे। ये चार सिलाइया का डिजाइन साडा। वेखो हुण सीधी सिलाई फिर आ गई तीसरी सिलाई साडी आ गई साडी तीसरी सिलाई विच हुण वेखो दो सीधे ते तीन असी दो असी पुठे पाने। जिहड़ा हुण इह तीन आ ना तिन्नां विचों असी पहला असी सीधा बुण लैणा फिर इहनूं असी वाल इदां पाउणा फिर इदां वाल पा के दो दा असी इक कर देना। इह साढ़े तीन कुंडे बण गए। हूँ असी इधर वाल नहीं पाना हूँ यह साडा पुठा आ गया एक ते दो। फिर असी इदा वाल लैना एक सीधा बुनना पहला फिर वाल लैना एक वाल लैना दो दा एक करता दो दा एक करता। इधरों असी वाल नहीं लैना एक दो पुठे पाते। फिर साढ़े तीन सीधे बन गए ना इतने एक एक सीधा बुन लिया एक साडा वाल आ फिर पुठा आ गया दो पुठे आ गए साढ़े दो पुठे आ गए साढ़े। हुण पुठी सिलाई साडी फिर सीधिया के सीधे तो पुठिया के पुठे फिर तीन साढ़े सीधे तो तीन साढ़े पुठे बन गया।
ਵੇਖੋ ਚਾਰ ਸਿਲਾਈਆਂ ਦਾ ਡਿਜ਼ਾਇਨ ਬਣ ਗਿਆ ਸਾਡਾ। ਵੇਖੋ ਇਸ ਤਰ੍ਹਾਂ ਹੁਣ ਪੰਜਵੀਂ ਸਿਲਾਈ ਸਾਡੀ, ਵੇਖੋ ਦੋ ਸਿੱਧੇ ਅਤੇ ਦੋ ਪੁੱਠੇ। ਜਿਸ ਤਰ੍ਹਾਂ ਹੁਣ ਪਹਿਲੀ ਸਿਲਾਈ ਅਸੀਂ ਪਾਈ ਉਸੇ ਤਰ੍ਹਾਂ ਹੁਣ ਅਸੀਂ ਬਣਾਉਣੀ ਫਿਰ ਇੱਥੇ। ਵੇਖੋ ਤਿੰਨਾਂ ਦਾ ਅਸੀਂ ਇੱਕ ਕਰ ਦੇਣਾ, ਤਿੰਨਾਂ ਦਾ ਇੱਕ ਕਰ ਦੇਣਾ। ਤਿੰਨਾਂ ਦਾ ਇੱਕ ਕਰਤਾ ਅਸੀਂ, ਹੁਣ ਅਸੀਂ ਇੱਧਰ ਵੀ ਵਲ ਪਾਉਣਾ, ਹੁਣ ਅਸੀਂ ਇੱਧਰ ਵਲ ਪਾਉਣਾ ਫਿਰ ਇੱਦਾਂ ਵਲ ਲੈ ਕੇ, ਇਹ ਦੋ ਸਾਡੇ ਪੁੱਠੇ ਆ ਗਏ। ਜਦੋਂ ਇੱਧਰੋਂ ਵਲ ਲੈਣਾ ਅਸੀਂ ਉਹ ਇੱਦਾਂ ਲੈਣਾ, ਧਾਗਾ ਸਿੱਧਾ ਪਾਸੇ ਪੁੱਠੇ ਪਾਸੇ ਆਵੇ। ਵੇਖੋ ਤਿੰਨਾਂ ਦਾ ਇੱਕ ਕਰਨਾ ਅਸੀਂ, ਤਿੰਨਾਂ ਦਾ ਇੱਕ ਕਰਨਾ, ਵੇਖੋ ਤਿੰਨਾਂ ਦਾ ਇੱਕ ਕਰਤਾ। ਹੁਣ ਅਸੀਂ ਇੱਧਰ ਵਲ ਜਿਹੜਾ ਲੈਣਾ ਉਹ ਅਸੀਂ ਧਾਗਾ ਸਿੱਧੇ ਪਾਸੇ ਹੋਣਾ ਚਾਹੀਦਾ ਸਾਡਾ। ਵੇਖੋ ਦੋ ਪੁੱਠੇ ਆ ਸਾਡੇ, ਤਿੰਨਾਂ ਦਾ ਫਿਰ ਇੱਕ ਸੀ ਇੱਕ ਕਰ ਦੇ। ਫਿਰ ਵਾਲ ਪਾਉਣਾ ਅਸੀਂ, ਫਿਰ ਵਾਲ ਪਾ ਕੇ ਦੋ ਪੁੱਠੇ ਆ ਗਏ ਸਾਡੇ, ਦੋ ਸਿੱਧੇ ਆ ਗਏ ਸਾਡੇ। ਵੇਖੋ ਇਸ ਤਰ੍ਹਾਂ ਡਿਜ਼ਾਇਨ ਬਣਦਾ ਸਾਡਾ, ਵੇਖੋ ਜਾਲੀ ਦਾ ਡਿਜ਼ਾਇਨ। ਵੇਖੋ ਕਿਸ ਤਰ੍ਹਾਂ ਬਣਦਾ ਜਾਲੀ ਵਾਲਾ ਡਿਜ਼ਾਇਨ ਸਾਡਾ, ਦੋ ਫੇਰ ਸਾਡੇ ਪੁੱਠੇ ਆ, ਤਿੰਨ ਸਿੱਧੇ ਆ, ਦੋ ਸਿੱਧੇ ਆ ਅਤੇ ਤਿੰਨ ਫੇਰ ਸਾਡੇ ਪੁੱਠੇ ਬਣ, ਦੋ ਸਾਡੇ ਸਿੱਧੇ ਆ, ਤਿੰਨ ਫੇਰ ਸਾਡੇ ਪੁੱਠੇ ਆ ਗਏ, ਦੋ ਸਿੱਧੇ ਆ ਗਏ ਸਾਡੇ। ਹੁਣ ਫਿਰ ਸਾਡਾ ਜਿਸ ਤਰ੍ਹਾਂ ਅਸੀਂ ਇੱਥੇ ਦੂਜੀ ਸਿਲਾਈ 'ਚ ਪਾਏ ਹੁਣ ਅਸੀਂ ਇਸ ਤਰ੍ਹਾਂ ਪਾਉਣਾ ਹੈ। ਵੇਖੋ ਫਿਰ ਦੋ ਪੁੱਠੇ, ਪਹਿਲਾਂ ਅਸੀਂ ਕੁੰਡਾ ਸਿੱਧਾ ਲਾ ਲੈਣਾ, ਪਹਿਲਾਂ ਸਿੱਧਾ ਲਾ ਕੇ ਫਿਰ ਇਹਨੂੰ ਵਲ ਪਾਉਣਾ ਸੀ ਇੱਦਾਂ, ਵਲ ਪਾ ਕੇ ਦੋ ਦਾ ਅਸੀਂ ਇੱਕ ਕਰ ਦੇਣਾ। ਫਿਰ ਇੱਥੇ ਸਾਡੇ ਤਿੰਨ ਕੁੰਡੇ ਬਣ ਗਏ, ਹੁਣ ਅਸੀਂ ਇਸ ਪਾਸੇ ਵਲ ਨਹੀਂ ਲੈਣਾ, ਇਹ ਸਾਡੇ ਪੁੱਠੇ ਆ ਗਏ ਦੋ, ਜਾਂ ਦੋ ਪੁੱਠੇ ਆ ਗਏ ਸਾਡੇ। ਹੁਣ ਫਿਰ ਅਸੀਂ ਵਲ ਲੈਣਾ, ਇਹ ਧਾਗਾ ਸਾਡੇ ਸੀ ਪੁੱਠੇ ਪਾਸੇ ਹੋਵੇ, ਪਹਿਲਾਂ ਸਿੱਧਾ ਬੁਣਨਾ ਫਿਰ ਵਲ ਲੈਣਾ, ਫਿਰ ਜੋਟਾ ਮਾਰ ਦੇਣਾ, ਫਿਰ ਸਾਡੇ ਤਿੰਨ ਕੁੰਡੇ ਬਣ। ਦੋ ਪੁੱਠੇ ਆ ਗਏ ਸਾਡੇ, ਇੱਕ ਸਿੱਧਾ ਆ ਗਿਆ ਸਾਡਾ, ਫਿਰ ਅਸੀਂ ਵਲ ਪਾਉਣਾ, ਵਲ ਪਾ ਕੇ ਫਿਰ ਜੋਟਾ ਮਾਰ ਦੇਣਾ, ਫਿਰ ਪੁੱਠੇ ਆ ਗਏ ਦੋ। ਇਹ ਸਿਰਫ ਸਾਡਾ ਚਾਰ ਸਿਲਾਈਆਂ ਦਾ ਡਿਜ਼ਾਇਨ ਆ, ਵੇਖੋ ਇੱਦਾਂ ਡਿਜ਼ਾਇਨ ਬਣਨਾ ਸਾਡਾ। ਇੱਕ ਵਾਰੀ ਅਸੀਂ ਤਿੰਨਾਂ ਦਾ ਜੋਟਾ ਮਾਰਨਾ, ਫਿਰ ਅਸੀਂ ਦੋ ਦਾ ਜੋਟਾ ਮਾਰਨਾ, ਵੇਖੋ ਇੱਦਾਂ ਫੜੀਆਂ ਫੜੀਆਂ ਸਾਡਾ ਡਿਜ਼ਾਇਨ ਬਣਦਾ, ਜਾਲੀ ਵਾਲਾ ਡਿਜ਼ਾਇਨ ਸਾਡਾ। ਦੋ ਸਿੱਧੇ ਆ ਗਏ ਫਿਰ ਸਾਡੇ, ਤਿੰਨ ਫਿਰ ਪੁੱਠੇ ਆ ਗਏ ਸਾਡੇ, ਤਿੰਨ ਪੁੱਠੇ ਆ ਗਏ। ਹਾਂ ਫਿਰ ਸਾਡਾ ਇੱਥੋਂ ਡਿਜ਼ਾਇਨ ਸ਼ੁਰੂ ਹੋ ਜਾਣਾ, ਫਿਰ ਸਾਡਾ ਇੱਕ ਦੋ ਸਿੱਧੇ, ਹੁਣ ਫਿਰ ਅਸੀਂ ਤਿੰਨ, ਤਿੰਨਾਂ ਦਾ ਇੱਕ ਕਰਨਾ ਅਸੀਂ, ਵੇਖੋ ਤਿੰਨਾਂ ਦਾ ਫਿਰ ਅਸੀਂ ਇੱਕ ਕਰਤਾ, ਤਿੰਨਾਂ ਦਾ ਇੱਕ ਕਰਤਾ। ਹੁਣ ਅਸੀਂ ਇੱਧਰੋਂ ਵਲ ਲੈ ਕੇ ਫਿਰ ਇੱਧਰ ਪੁੱਠਾ ਬੁਣਨਾ, ਫਿਰ ਇੱਧਰੋਂ ਵਲ ਲੈਣਾ ਅਸੀਂ, ਤਿੰਨਾਂ ਦਾ ਇੱਕ ਕਰਤਾ, ਫਿਰ ਵਲ ਲੈਣਾ, ਫਿਰ ਪੁੱਠੇ ਦੋ ਬੁਣਦੇ। ਇੱਕ ਵਾਰੀ ਅਸੀਂ ਇੱਧਰੋਂ ਵਲ ਲੈਣਾ
ये चेता रखना, एक बार इधरों आना धागा, एक बार अंदर दी आना धागा, सीधे पासे दे, एक बार पुठे पासे दी आना धागा। तो साढ़े थिया सेट पुठी सिलाई, फिर उस तरह पुठिया के पुठे से सीधिया के सीधे। फिर साड़ी सीधी सिलाई आ गई, दो पुठे। हुण आ पहला कुंडा सी सीधा बुन लेना, फिर असी वाल पाना इदा, फिर वाल पा के दो दा एक कर देना, फिर दो पुठे, पहला सीधा बुन लेना, फिर वाल पाना, असी वाल पा के दो दा असी एक करता, एक करता, फिर पुठा, दो पुठे आ गए, फिर एक सीधा, फिर दो दा एक करता, दो पुठे आ गए साढ़े। बस चार सिलाइया का डिजाइन है, वेखो इस तरह बनता डिजाइन, देखो कितना सोहना जाली वाला डिजाइन बनता है, देखो जिस तरह मैं बनाया डिजाइन है। देखो जी, तुहानू मेरी वीडियो पसंद लगे लाइक जरूर करना, धन्यवाद।